ਰਾਜਪੁਰਾ ਦੇ ਅਜੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ ਜ਼ਬਰਦਸਤ ਹੰਗਾਮਾ ਹੋਇਆ ਤੇ ਇਹ ਹੰਗਾਮੇ ਦੀਆਂ ਤਸਵੀਰਾਂ ਹੁਣ ਸੀਸੀਟੀਵੀ ਵਿੱਚ ਸਾਹਮਣੇ ਆਈਆਂ ਨੇ, ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ PRTC ਦੀ ਬੱਸ ਖੜੀ ਨਜ਼ਰ ਆ ਰਹੀ ਹੈ ਤੇ ਅੱਗੇ ਉਸਦੇ ਕੁਝ ਗੱਡੀਆਂ ਖੜੀਆਂ ਨੇ, ਪਰ ਬੱਸ ਦੇ ਵਿੱਚੋਂ ਜਿਵੇਂ ਹੀ ਕੰਡਕਟਰ ਪਹਿਲਾਂ ਨਿਕਲਦਾ ਹੈ ਤਾਂ ਉਸਦੀ ਟੋਲ ਕਰਮੀਆਂ ਦੇ ਨਾਲ ਹਲਕੀ ਜਿਹੀ ਬਹਿਸ ਹੁੰਦੀ ਹੈ, ਪਰ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਜਦੋਂ ਡਰਾਈਵਰ ਨਿਕਲ ਕੇ ਆਉਂਦਾ ਤਾਂ ਨੌਬਤ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ, ਇੱਕ ਦੂਜੇ ਨੂੰ ਧੱਕਾ ਮੁੱਕੀ ਕੀਤੀ ਜਾਂਦੀ ਹੈ ਤੇ ਫਿਰ ਇੱਕ ਦੂਜੇ ਦੇ ਉੱਤੇ ਥੱਪੜਾਂ ਦੀ ਬਰਸਾਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਟੋਲ ਪਲਾਜ਼ਾ ਦੇ ਉੱਤੇ ਸਰਕਾਰੀ ਬੱਸ ਦੇ ਡਰਾਈਵਰਾਂ ਦੇ ਵੱਲੋਂ ਜੋ ਹੈ ਜਾਮ ਲਗਾ ਦਿੱਤਾ ਗਿਆ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਰਾਜਪੁਰਾ ਦੇ ਅਜੀਜ਼ਪੁਰ ਟੋਲ ਪਲਾਜ਼ਾ ਤੇ ਇਹ ਜ਼ਬਰਦਸਤ ਹੰਗਾਮਾ ਹੋਇਆ ਤੇ ਹੰਗਾਮੇ ਦੀਆਂ CCTV ਤਸਵੀਰਾਂ ਸਾਹਮਣੇ ਆਈਆਂ ਨੇ। ਬੱਸ ਡਰਾਈਵਰ ਅਤੇ ਟੋਲ ਕਰਮਚਾਰੀਆਂ ਦੇ ਵਿਚਾਲੇ ਝਗੜਾ ਹੋਇਆ, ਟੋਲ ਕਰਮੀਆਂ ਤੇ ਡਰਾਈਵਰ ਨੂੰ ਥੱਪੜ ਮਾਰਨ ਦੇ ਇਲਜ਼ਾਮ ਲੱਗੇ ਨੇ। ਵਿਰੋਧ ਵਜੋਂ ਰੋਡਵੇਜ਼ ਕਰਮਚਾਰੀਆਂ ਨੇ ਰੋਡ ਦੇ ਉੱਤੇ ਹੀ ਜਾਮ ਲਾ ਦਿੱਤਾ, ਸੜਕਾਂ ਤੇ ਬੱਸਾਂ ਖੜੀਆਂ ਕਰਕੇ ਰਸਤਾ ਬਲੋਕ ਕੀਤਾ ਗਿਆ, ਕਾਫੀ ਦੇਰ ਤੱਕ ਰਸਤਾ ਬੰਦ ਰੱਖਿਆ ਗਿਆ, ਮੁਸਾਫਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੂੰ ਬੱਸ ਤੋਂ ਉਤਰ ਕੇ ਪੈਦਲ ਹੀ ਜਾਣਾ ਪਿਆ। ਤਾਂ ਹਾਈਵੇ ਦੇ ਉੱਤੇ ਵੀ ਲੰਮਾ ਜਾਮ ਲੱਗਿਆ, ਹਾਲਾਂਕਿ ਬਾਅਦ ਦੇ ਵਿੱਚ ਹੁਣ ਰਸਤਾ ਇਹ ਖੋਲ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਅਜੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ ਜ਼ਬਰਦਸਤ ਹੰਗਾਮਾ ਹੋਇਆ ਤੇ ਹੰਗਾਮੇ ਦੀਆਂ ਇਸ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲਗਾਤਾਰ ਇਹ ਲੜਾਈ ਉਲਝਦੀ ਗਈ ਤੇ ਇੱਕ ਦੂਜੇ ਦੇ ਉੱਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ ਹੈ। ਰਾਜਪੁਰਾ ਦੇ ਅਜੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ ਜ਼ਬਰਦਸਤ ਹੰਗਾਮਾ ਹੋਇਆ ਤੇ ਇਹ ਹੰਗਾਮੇ ਦੀਆਂ ਤਸਵੀਰਾਂ ਹੁਣ CCTV ਵਿੱਚ ਸਾਹਮਣੇ ਆਈਆਂ ਨੇ, ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ PRTC ਦੀ ਬੱਸ ਖੜੀ ਨਜ਼ਰ ਆ ਰਹੀ ਹੈ ਤੇ ਅੱਗੇ ਉਸਦੇ ਕੁਝ ਗੱਡੀਆਂ ਖੜੀਆਂ ਨੇ, ਪਰ ਬੱਸ ਦੇ ਵਿੱਚੋਂ ਜਿਵੇਂ ਹੀ ਕੰਡਕਟਰ ਪਹਿਲਾਂ ਨਿਕਲਦਾ ਹੈ ਤਾਂ ਉਸਦੀ ਟੋਲ ਕਰਮੀਆਂ ਦੇ ਨਾਲ ਹਲਕੀ ਜਿਹੀ ਬਹਿਸ ਹੁੰਦੀ ਹੈ, ਪਰ ਬਹਿਸ ਇਸ ਕਦਰ ਵੱਧ ਜਾਂਦੀ ਹੈ ਕਿ ਜਦੋਂ ਡਰਾਈਵਰ ਨਿਕਲ ਕੇ ਆਉਂਦਾ ਤਾਂ ਨੌਬਤ ਹੱਥੋਂ ਪਾਈ ਤੱਕ ਪਹੁੰਚ ਜਾਂਦੀ ਹੈ, ਇੱਕ ਦੂਜੇ ਨੂੰ ਧੱਕਾ ਮੁੱਕੀ ਕੀਤੀ ਜਾਂਦੀ ਹੈ ਤੇ ਫਿਰ ਇੱਕ ਦੂਜੇ ਦੇ ਉੱਤੇ ਥੱਪੜਾਂ ਦੀ ਬਰਸਾਤ ਹੋ ਜਾਂਦੀ ਹੈ, ਜਿਸ ਤੋਂ ਬਾਅਦ ਟੋਲ ਪਲਾਜ਼ਾ ਦੇ ਉੱਤੇ ਸਰਕਾਰੀ ਬੱਸ ਦੇ ਡਰਾਈਵਰਾਂ ਦੇ ਵੱਲੋਂ ਜੋ ਹੈ ਜਾਮ ਲਗਾ ਦਿੱਤਾ ਗਿਆ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਤਾਂ ਰਾਜਪੁਰਾ ਦੇ ਅਜੀਜ਼ਪੁਰ ਟੋਲ ਪਲਾਜ਼ਾ ਤੇ ਇਹ ਜ਼ਬਰਦਸਤ ਹੰਗਾਮਾ ਹੋਇਆ ਤੇ ਹੰਗਾਮੇ ਦੀਆਂ CCTV ਤਸਵੀਰਾਂ ਸਾਹਮਣੇ ਆਈਆਂ ਨੇ। ਬੱਸ ਡਰਾਈਵਰ ਅਤੇ ਟੋਲ ਕਰਮਚਾਰੀਆਂ ਦੇ ਵਿਚਾਲੇ ਝਗੜਾ ਹੋਇਆ, ਟੋਲ ਕਰਮੀਆਂ ਤੇ ਡਰਾਈਵਰ ਨੂੰ ਥੱਪੜ ਮਾਰਨ ਦੇ ਇਲਜ਼ਾਮ ਲੱਗੇ ਨੇ। ਵਿਰੋਧ ਵਜੋਂ ਰੋਡਵੇਜ਼ ਕਰਮਚਾਰੀਆਂ ਨੇ ਰੋਡ ਦੇ ਉੱਤੇ ਹੀ ਜਾਮ ਲਾ ਦਿੱਤਾ, ਸੜਕਾਂ ਤੇ ਬੱਸਾਂ ਖੜੀਆਂ ਕਰਕੇ ਰਸਤਾ ਬਲੋਕ ਕੀਤਾ ਗਿਆ, ਕਾਫੀ ਦੇਰ ਤੱਕ ਰਸਤਾ ਬੰਦ ਰੱਖਿਆ ਗਿਆ, ਮੁਸਾਫਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਲੋਕਾਂ ਨੂੰ ਬੱਸ ਤੋਂ ਉਤਰ ਕੇ ਪੈਦਲ ਹੀ ਜਾਣਾ ਪਿਆ। ਤਾਂ ਹਾਈਵੇ ਦੇ ਉੱਤੇ ਵੀ ਲੰਮਾ ਜਾਮ ਲੱਗਿਆ, ਹਾਲਾਂਕਿ ਬਾਅਦ ਦੇ ਵਿੱਚ ਹੁਣ ਰਸਤਾ ਇਹ ਖੋਲ ਦਿੱਤਾ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ ਰਾਜਪੁਰਾ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਅਜੀਜ਼ਪੁਰ ਟੋਲ ਪਲਾਜ਼ਾ ਦੇ ਉੱਤੇ ਜ਼ਬਰਦਸਤ ਹੰਗਾਮਾ ਹੋਇਆ ਤੇ ਹੰਗਾਮੇ ਦੀਆਂ ਇਸ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਹਾਲਾਂਕਿ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਲੜਾਈ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਲਗਾਤਾਰ ਇਹ ਲੜਾਈ ਉਲਝਦੀ ਗਈ ਤੇ ਇੱਕ ਦੂਜੇ ਦੇ ਉੱਤੇ ਥੱਪੜਾਂ ਦੀ ਬਰਸਾਤ ਕਰ ਦਿੱਤੀ ਹੈ।